दशहरे का दिन आप त्यौहार मनिया जाता वो त्यौहार जरा आ मोदी आ साडे सारे त्यौहार जरा बर्बाद कर रहा साडिया खुशियां खो रहा वो खुशियां जिन्हें असी पैदा करते अनाज खेती साडी मां वो साडी मां अज खोण दे लई जिहड़े कानून बनाया वो कानूनों की खातर अज आप मोदी रावण का पुतला फूक रहे हैं मोदी रावण का सारे मत भुले के पंजाब के लोगों का इन्होंने सबर देखिया सिदक देखिया पर दूसरा पासा नहीं देखिया असी सिक्ख्या लईए अपने गुरुआ तो वो सानू दसदे आ भी पहले सबर दे नाल कम करना है सत्तियां तवियां ते भी बैठे आ जदों फिर सारे हथियार जो सारे हिले मुक जांदे आ फिर हाथ तलवार नू पैंदा जदों जबर जुल्म दी अत हो जांदी आ फिर सानू पूरे हथियार चुकने पैंदे आ भरावो ये साडा सिख इतिहास सानू दस रहा सिख इतिहास ने धरती नू अज फिर मोदी आ बंगाल रहा है कि पंजाब की धरती नू ओ जिहड़ियां साम्राज्य कंपनियां ने ओ जिहड़े इन्हां ने दल्ले बड़े होए आ जिहड़े चाहुंदे आ कि पंजाब की धरती दे उपर मैं उन्हां नू बिठा दूं लिया के ये मत भुले कि तेनू जिथे अज असी अग लाउणी है उदू बाद आ जिहड़े तेरे यार ने कारपोरेट घराने वाले अवानी गवानी लाइस लटाटा बाटा बरले लले पबे इन्हां सारिआं दी कल्ले कल्ले दी बारी लियावांगे कि असीं कुछ नहीं कर सकदे ओह अजे तां साडे भरा बजाई बधाई जी बुझे हो रहे तुसीं खड़ जाओ थोड़ा दिन अटको पंज सत दिन तां सानूं बेल लग लाउंदे हो इक जट दी गल करदे रे ओह इत्थे तां लखां दी जट कायम रे तूं कदे ना पता रखी ਵੀ ਜੱਟ ਦੇ ਕੋਲ ਡਰ ਜੂ ਉਹ ਦੇਖੋ ਕੀ ਦਮਣਾ ਸਾਡੇ ਭੈਣਾਂ ਵੀ ਸਾਡੇ ਨਾਲ ਨੇ ਸਾਡੇ ਮਜ਼ਦੂਰ ਭਰਾ ਵੀ ਸਾਡੇ ਨਾਲ ਨੇ ਆਪਦੇ ਭਰਾ ਵੀ ਸਾਡੇ ਨਾਲ ਨੇ ਜਿੰਨੇ ਬਾਬੇ ਜਿੰਨੇ ਮਾਮੇ ਉਹ ਵੀ ਸਾਡੇ ਨਾਲ ਨੇ ਇੱਕ ਜੁਲਮ ਦੀ ਗੱਲ ਸੀ ਉਹ ਤਾਂ ਸਾਰੀਆਂ ਦੁਨੀਆ ਇਕੱਠੇ ਹੋਣ ਨੂੰ ਤਿਆਰ ਨੇ ਤੂੰ ਆਪਣੇ ਕੰਮ ਰੱਖੀ ਮੋਦੀ ਤੇ ਤੇਰੇ ਕੋਲ ਹਥਿਆਰ ਨੇ ਉਹ ਤਾਂ ਅੱਗੇ ਭਗਤ ਸਿੰਘ ਨੇ ਬੀਜਿਆ ਸੀ ਤੇ ਟੋਪੀਆਂ ਰੱਖ ਲਓ मेरा नाम हरजिंदर जी जी किला हंस ते मैं आंगनवाड़ी वर्कर हाँ जी ते मैं तो सिर्फ यही कहना चाहनी हाँ मोदी नूं मोदी तू थोड़े तरीके नाल मन जा हाँ जी नहीं तो फिर जिहड़े साडे वीर ने तुसीं इन्हां दा गुस्सा आखिया वा जिहड़े चैनल वाले ने नहीं सही तरह दिखाउंदे वैसे इन्हां नूं चैनल सारा नूं दिखाउणा चाहिए यही चेतावनी देना चाहुंदे आ जी जो भी साडे कानून ने साडे वीरजियां दे कानून ने साडे किसानां दे कानून ने उन्हां नूं मन लैणा चाहीदा हाँ जी मन लैणा चाहीदा हर हाल में मन लैणा चाहीदा क्योंकि जिहड़े कानून ने इह जायद ने बिल्कुल नजायद नहीं हैगे जी क्योंकि जिहड़े कानून ने जिहड़े साडे किसानां दे ने उन्हां दे हक दे विच ही नेगे अच्छा जे मोदी थोड़ी इह गल नहीं मनदा ऑडियंस तां उहने साफ ही कहता भी मैं वापस लैणे ही नहीं गए ठीक है जी ਉਹਨੇ ਸਾਫ਼ ਹੀ ਕਹਿਤਾ ਵੀ ਮੈਂ ਵਾਪਸ ਲੈਣੀ ਨਹੀਂ ਉਹਦੇ ਬਾਰੇ ਹੁਣ ਤੁਸੀਂ ਕੀ ਤਾਹਸ ਕਾਸਮ ਕੀ ਕਰੋਗੇ ਸਾਡਾ ਸੰਘਰਸ਼ ਇਹ ਇਦੋਂ ਵੀ ਬਹੁਤ ਹੋਰ ਜ਼ਿਆਦਾ ਬਹੁਤ ਹੀ ਹੋਰ ਜ਼ਿਆਦਾ ਤਿੱਖਾ ਹੋ ਜਾਣਾ ਵਾ ਅਸੀਂ ਤਾਂ ਮੋਦੀ ਨੂੰ ਇਹੀ ਕਹਿਣਾ ਚਾਹੁੰਦੇ ਆ ਜੇ ਮਤਲਬ ਉਹਨਾਂ ਨੇ ਆਰਡੀਨੈਂਸ ਵਾਪਸ ਨਾ ਲਏ ਹੁਣ ਤਾਂ ਇੱਕ ਮਤਲਬ ਜਿਹੜੀ ਖੇਤੀ ਆ ਖੇਤੀ ਦੇ ਨਾਲ ਸਾਰਾ ਏਰੀਆ ਜੁੜਿਆ ਹੋਇਆ ਕੋਈ ਮਜ਼ਦੂਰ ਕੋਈ ਮਤਲਬ ਆਂਗਨਵਾੜੀ ਵਰਕਰ ਆ ਕੋਈ ਪੱਠਾ ਮਜ਼ਦੂਰ ਨੇ ਕੋਈ ਦੁਕਾਨਦਾਰ ਨੇ ਮਿਡੇ ਮੀਲ ਵਾਲੇ ਨੇ ਮਤਲਬ ਸਾਰੇ ਅਧਿਆਪਕ ਟੀਚਰ ਜਿੰਨੇ ਵੀ ਆ ਸਾਰਿਆਂ ਨੂੰ ਇਹਦੇ ਵਿੱਚ ਘਾਟਾ ਹੀ ਘਾਟਾ ਜੇ ਆਪਣੀ ਖੇਤੀ ਆ ਸਾਰਾ ਕੁਛ ਆ ਜੇ ਖੇਤੀ ਨਹੀਂ ਤਾਂ ਕੁਛ ਵੀ ਨਹੀਂ ਤੇ ਵਿੱਚ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਨਾਲ ਗੱਲ ਕਰਦੇ ਆ ਇਹਨਾਂ ਨੇ ਅੱਜ ਮੋਦੀ ਦਾ ਪੁਤਲਾ ਫੂਕਿਆ ਉਹ ਉਸ ਦੇ ਸੰਬੰਧ ਵਿੱਚ ਗੱਲਬਾਤ ਕਰਦੇ ਆ ਹਾਂਜੀ ਅਸੀਂ ਅੱਜ ਜਿਹੜਾ ਪੁਤਲਾ ਫੂਕਿਆ ਉਹਦਾ ਕੀ ਹੁੰਦਾ ਰੀਜ਼ਨ ਕੀ ਅਸੀਂ ਇਹ ਗੱਲ ਕਹਿੰਦੇ ਆ ਵੀ ਜਿਹੜਾ ਮੋਦੀ ਆ ਜਿਹੜਾ ਸਾਨੂੰ ਖੇਤੀ ਖੇਤਰ ਤਬਾਹ ਕਰਨ ਵਾਲੇ ਕਾਨੂੰਨ ਲੈ ਕੇ ਆਇਆ ਉਹ ਕਾਨੂੰਨ ਇਕੱਲੇ ਸਾਡੇ ਖੇਤੀ ਨੂੰ ਤਬਾਹ ਨਹੀਂ ਕਰਦੇ ਇਹਦੇ ਨਾਲ ਸਾਡੇ ਆੜ੍ਹਤੀ ਵੀਰ ਪੱਲੇਦਾਰ ਮੰਡੀ ਕਰਨ ਵਾਲੇ ਮੁਲਾਜ਼ਮ ਅਤੇ ਜਿਹੜੇ ਹੋਰ ਟੋਟ ਟਰੱਕ ਯੂਨੀਅਨ ਛੋਟੇ ਕਿਸਾਨ ਅਤੇ ਆਪਣੇ ਛੋਟੇ ਦੁਕਾਨਦਾਰ ਇਹ ਸਾਰਿਆਂ ਦੇ ਇਹਨਾਂ ਦਾ ਮਰਗੁਸਰ ਹੋ ਰਿਹਾ ਜੇ ਸਾਡੇ ਕੋਲ ਪੈਸਾ ਧੇਲਾ ਨਹੀਂ ਹੋਊਗਾ ਜੇ ਪੰਜਾਬ ਦਾ ਕਿਸਾਨ ਹੀ ਮਰ ਗਿਆ ਤਾਂ ਫਿਰ ਅਸੀਂ ਸ਼ਹਿਰਾਂ 'ਚ ਨਹੀਂ ਜਾ ਸਕਦੇ ਜਿਹੜਾ ਅੱਜ ਦਾ ਰਾਵਣ ਮੋਦੀ ਆ ਅਸੀਂ ਉਹਦਾ ਪੁਤਲਾ ਫੂਕਿਆ ਹੈ
ਕਬੀਰ ਬਾਦਲ ਜਾਂ ਹਰਸਿਮਰਤ ਪਹਿਲਾਂ ਗੱਲ ਕਹਿੰਦੀ ਸੀ ਉਹ ਸਾਨੂੰ ਵੀ ਸਮਝਾਉਂਦੀ ਸੀ ਵੀ ਇਹਦੇ ਬਹੁਤ ਫਾਇਦੇ ਨੇ, ਖੁੱਲੀ ਮੰਡੀ ਹੈ, ਤੁਹਾਡੀ ਗੁਲਾਮੀ ਚੱਕੀ ਜਾਊ, ਤੁਹਾਨੂੰ ਆਜ਼ਾਦੀ ਮਿਲ ਗਈ, ਤੁਸੀਂ ਆਪਣੀ ਫਸਲ ਜਿੱਥੇ ਮਰਜ਼ੀ ਲੈ ਜਾਓ। ਪਰ ਜਦੋਂ ਪੰਜਾਬ ਦੇ ਕਿਸਾਨਾਂ ਦਾ ਹੜ੍ਹ ਉਹਦੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਲੱਗੇ, ਪੰਜਾਬ ਦੇ ਵਿੱਚ ਉਹਨਾਂ ਨੇ ਵੜਨਾ ਔਖਾ ਕਰਤਾ। ਸਾਰੇ ਜਿਹੜੇ ਆਹ ਗੱਲ ਕਰਦੇ ਸੀ ਭਾਈਆਂ ਸੀ, ਭਾਈਆਂ ਉਹਨਾਂ ਨੇ ਵੀ ਆੜੀ ਤੋੜੀ ਜਾਣ ਸੀ। ਇਹ ਪੰਜਾਬ ਦੇ ਕਿਸਾਨ ਦੇ ਸੰਘਰਸ਼ ਕਰਕੇ ਹੋਇਆ। ਜੇ ਬਿਲਕੁਲ ਠੀਕ ਹੁੰਦਾ ਫਿਰ ਉਹ ਯੂ ਟਰਨ ਕਰਤਾ ਲਈ ਉਹਨਾਂ ਨੇ। ਹਾਂਜੀ ਹਾਂਜੀ, ਅਸੀਂ ਗੱਲ ਕਰਦੇ ਹਾਂ ਡੇਲ ਬਲਾਕ ਦੇ ਵਿੱਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਾਲ, ਉਹਨਾਂ ਦਾ ਕੀ ਵਿਚਾਰ ਆ ਅੱਜ ਪੁਤਲਾ ਫੂਕਿਆ ਉਹਦੇ ਸੰਬੰਧ ਵਿੱਚ ਤੁਹਾਡਾ ਕੀ ਵਿਚਾਰ ਹੈ? ਅੱਜ ਦਾ ਜੋ ਇਹ ਕਾਰਿਆ ਕਰਮ ਸਾਡੀ ਕਿਸਾਨ ਯੂਨੀਅਨਾਂ ਨੇ ਰੱਖਿਆ ਸੀਗਾ, ਉਹਦੇ ਵਿੱਚ ਅੱਜ ਜਿੱਦਾਂ ਨੇਕੀ ਅਤੇ ਬਦੀ ਦਾ ਪ੍ਰਤੀਕ ਸਾਡਾ ਤਿਉਹਾਰ ਆ ਦੁਸਹਿਰਾ, ਜਿਸ ਤਰ੍ਹਾਂ ਸ੍ਰੀ ਰਾਮ ਚੰਦਰ ਜੀ ਨੇ ਜਿੱਤ ਪ੍ਰਾਪਤ ਕੀਤੀ ਸੀਗੀ ਰਾਵਣ ਨੂੰ ਮਾਰ ਕੇ, ਉਸੇ ਤਰ੍ਹਾਂ ਹੀ ਅੱਜ ਸਾਡਾ ਜੋ ਇਹ ਕਿਸਾਨ ਯੂਨੀਅਨਾਂ ਦਾ ਔਰ ਆੜ੍ਹਤੀਆਂ ਦਾ ਜਾਂ ਹੋਰ ਸਾਡੇ ਮਜ਼ਦੂਰ ਵਰਗਾਂ ਦਾ ਅਤੇ ਪੂਰੀ ਸਾਡੀ ਜੋ ਡੇਲੋਂ ਦੇ ਹੋਰ ਦੁਕਾਨਦਾਰ ਵੀ ਨੇ ਉਹਨਾਂ ਸਾਰਿਆਂ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਰਾਵਣ ਰੂਪੀ ਮੋਦੀ ਦਾ ਪੁਤਲਾ ਫੂਕਿਆ ਇੱਥੇ। ਅਤੇ ਅਸੀਂ ਇਸ ਤੋਂ ਮੰਗ ਕਰਦੇ ਹਾਂ ਕਿ ਇਹ ਜੋ ਤਿੰਨੇ ਆਰਡੀਨੈਂਸ ਜਾਂ ਜੋ ਕਾਨੂੰਨ ਨੇ ਇਹਨਾਂ ਨੂੰ ਮੁੱਢੋਂ ਹੀ ਰੱਦ ਕੀਤਾ ਜਾਵੇ। ਤੁਸੀਂ ਆੜ੍ਹਤੀ ਦੇ ਪ੍ਰਧਾਨ ਹੋ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹੋ, ਤੁਸੀਂ ਕੀ ਚਾਹੁੰਦੇ ਵੀ ਇਹਦੇ ਵਿੱਚ ਕੀ ਹੋਣਾ ਚਾਹੀਦਾ, ਬਿੱਲ ਦੇ ਵਿੱਚ ਕੀ ਸੋਧ ਹੋਣੀ ਚਾਹੀਦੀ ਹੈ? ਅਸੀਂ ਤਾਂ ਮੁੱਢੋਂ ਹੀ ਨਕਾਰਦੇ ਹਾਂ ਇਹਨਾਂ ਬਿੱਲਾਂ ਨੂੰ ਜੋ ਕੇਂਦਰ ਨੇ ਇਹ ਬਿੱਲ ਲਿਆਉਂਦੇ ਨੇ। ਕਿਸਾਨ ਮਾਰੂ, ਆੜ੍ਹਤੀਆਂ ਮਾਰੂ, ਮਜ਼ਦੂਰ ਮਾਰੂ, ਟਰਾਂਸਪੋਰਟ ਸੈਕਟਰ ਮਾਰੂ ਅਤੇ ਹੋਰ ਜੋ ਦੁਕਾਨਦਾਰਾਂ ਨੇ ਉਹਨਾਂ 'ਤੇ ਵੀ ਸਿੱਧਾ ਪ੍ਰਭਾਵ ਪੈਣਾ। ਇਹਦਾ ਪ੍ਰਭਾਵ ਕਿਵੇਂ ਪੈਣਾ ਮੈਂ ਤੁਹਾਨੂੰ ਦੱਸਦਾ। ਜਿੱਦਾਂ ਹੁਣ ਅੱਜ 1888 ਰੁਪਈਏ ਰੇਟ ਚੱਲਦਾ ਜੀਰੀ ਦਾ, ਅੱਜ ਬਿਹਾਰ ਜਾਂ ਯੂਪੀ ਦੇ ਵਿੱਚ ਰੇਟ 1200 ਰੁਪਈਆ ਰਹਿ ਚੁੱਕੇ ਆ। ਜੇ ਅੱਜ 45,000 ਕਰੋੜ ਖਰੀਦ ਦੇ ਲਈ ਆਉਂਦਾ ਸਾਰੇ ਪੰਜਾਬ ਦੇ ਵਿੱਚ, ਤਾਂ ਇਹ ਪੈਸਾ ਹੀ 30,000 ਕਰੋੜ ਜਾਂ 25,000 ਕਰੋੜ ਰਹਿ ਜਾਣਾ। ਜਦੋਂ ਕਿਸਾਨਾਂ ਕੋਲ ਪੈਸਾ ਹੀ ਨਹੀਂ ਰਹੂਗਾ ਤਾਂ ਬਾਜ਼ਾਰ ਨੇ ਤਾਂ ਆਪ ਹੀ ਖਤਮ ਹੋ ਜਾਣਾ। ਸਾਡਾ ਤਾਂ ਜਾਰੀ ਰਹੂਗਾ, ਠੀਕ ਆ, ਅੱਜ ਉਹਨਾਂ ਨੂੰ ਦਿਖਦਾ ਨਹੀਂ ਹੈ। ਅੱਜ ਉਹਨੇ ਸਾਰੇ ਜੋ ਨੈਸ਼ਨਲ ਮੀਡੀਆ ਅੱਜ ਉਹਨੇ ਖਰੀਦਿਆ ਹੋਇਆ, ਪਰ ਸੋਸ਼ਲ ਮੀਡੀਆ ਦੇ ਰੂਪ 'ਚ ਜਾਂ ਪੰਜਾਬੀ ਮੀਡੀਆ ਦੇ ਰੂਪ 'ਚ ਤਾਂ ਦੇਸ਼ ਔਰ ਦੁਨੀਆ 'ਚ ਸਾਰੀ ਖਬਰ ਜਾ ਰਹੀ ਆ। 1.5 ਸਾਲ ਹੋ ਗਿਆ ਅੱਜ ਇਹਨੇ ਬੰਦ ਕੀਤਾ ਪਿਆ ਜੰਮੂ ਕਸ਼ਮੀਰ, ਕੋਈ ਖਬਰ ਨਹੀਂ ਆ ਰਹੀ ਹੈਗੀ ਲੋਕਾਂ ਦੀ। ਇਹਨੇ ਧਾਰਾ 370 ਜਦੋਂ ਉੱਥੇ ਲਾਈ ਆ, ਤੋੜੀ ਆ ਇਹਨੇ, ਠੀਕ ਆ। ਪਰ ਕੋਈ ਗੱਲ ਨਹੀਂ, ਲੋਕ ਸੰਘਰਸ਼ ਬਹੁਤ ਵੱਡੇ ਹੁੰਦੇ ਨੇ, ਲੋਕ ਸੰਘਰਸ਼ਾਂ ਲੋਕ ਘੋਲਾਂ ਦੀ ਜਿੱਤ ਹੁੰਦੀ ਆਈ ਆ ਅਤੇ ਜਿੱਤ ਹੋ ਕੇ ਰਹੂਗੀ।